ਜੀ ਕੱਲ ਰਾਤ ਕਰੀਬ 1:30 ਵਜੇ ਪਿੰਡ ਠੀਕਰੀਵਾਲ ਵਿਖੇ ਇੱਕ ਦੋਰੇ ਕਤਲ ਕੇਸ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਜਿਦੇ ਵਿੱਚ ਮਰਤਕ ਮਨਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ ਜਿਹਦੀ ਉਮਰ ਕਰੀਬ 25 ਸਾਲ ਸੀ ਤੇ ਗੁਰਦੀਪ ਸਿੰਘ ਪੁੱਤਰ ਰੂਪ ਸਿੰਘ ਜਿਹਦੀ ਉਮਰ ਕਰੀਬ 30 ਸਾਲ ਸੀ ਇਹਨਾਂ ਦੋਨਾਂ ਦਾ ਜਿਹੜਾ ਕਤਲ ਕੀਤਾ ਗਿਆ ਜਿਹੜੀ ਮਨਪ੍ਰੀਤ ਕੌਰ ਹੈ ਇਹਦਾ ਗਲਾ ਘੁੱਟ ਕੇ ਤੇ ਗੁਰਦੀਪ ਸਿੰਘ ਦਾ ਸਿਰ ਦੇ ਵਿੱਚ ਗੜਾਸੇ ਦਾ ਵਾਰ ਕਰ ਕਰਕੇ ਜਿਹੜਾ ਇਹਦਾ ਕਤਲ ਕੀਤਾ ਗਿਆ ਕੀ ਕਾਰਨ ਲੱਗਦਾ ਸਰ ਕਤਲ ਦਾ ਏਜੀ ਸ਼ੁਰੂਆਤੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਔਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਹੜੇ ਦੋਨੋਂ ਮ੍ਰਿਤਕ ਨੇ ਮਨਪ੍ਰੀਤ ਕੌਰ ਤੇ ਗੁਰਦੀਪ ਸਿੰਘ ਇਹਨਾਂ ਦੇ ਆਪਸ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਸਬੰਧ ਸਨ ਜਿਸ ਦੇ ਬਾਰੇ ਕੱਲ ਰਾਤ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਦੇ ਪਿਤਾ ਭੋਲਾ ਸਿੰਘ ਨੂੰ ਪਤਾ ਲੱਗਿਆ ਜਦੋਂ ਉਸਨੇ ਗੁਰਦੀਪ ਸਿੰਘ ਨੂੰ ਆਪਣੇ ਘਰੇ ਦੇਖ ਲਿਆ ਰਾਤ ਦੇ ਟਾਈਮ ਤੇ ਉਸੇ ਟਾਈਮ ਤੇ ਜਿਹੜਾ ਭੋਲਾ ਸਿੰਘ ਤੇ ਉਹਦੇ ਪੁੱਤਰ ਸੁਖਵੀਰ ਸਿੰਘ ਦੋਨਾਂ ਨੇ ਮਿਲ ਕੇ ਪਹਿਲਾ ਗੁਰਦੀਪ ਸਿੰਘ ਨੂੰ ਗੜਾਸਿਆਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਆਪਣੀ ਕੁੜੀ ਮਨਪ੍ਰੀਤ ਕੌਰ ਨੂੰ ਵੀ ਗਲਾ ਘੁੱਟ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕੀ ਕਰਗਿਆ ਮਨਪ੍ਰੀਤ ਕੰਟੀ ਆ ਰਹੀ ਸੀ ਜੀ ਦੇਖੋ ਥਾਣਾ ਸਦਰ ਬਰਨਾਲਾ ਵਿਖੇ ਮ੍ਰਿਤਕ ਗੁਰਦੀਪ ਸਿੰਘ ਦੇ ਭਰਾ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਅਧੀਨ ਧਾਰਾ 302 ਤੇ 34 ਆਈ ਪੀ ਸੀ ਬਰ ਖਿਲਾਫ ਦੋਸ਼ੀ ਭੋਲਾ ਸਿੰਘ ਪੁੱਤਰ ਭਾਨ ਸਿੰਘ ਵਾਸੀ ਠਿਕਰੀਵਾਲ ਤੇ ਸੁਖਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਠਿਕਰੀਵਾਲ ਜਿਹੜਾ ਦਰਜ ਕੀਤਾ ਗਿਆ ਕੀ ਲਾਸ਼ ਨੂੰ ਸਿਮਲਾ ਹਸਪਤਾਲ ਨੂੰ ਹਾਂਜੀ ਦੋਨੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਮਲਾ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ